ਲਸਣ ਪਿਆਜ਼ ਤਾਂ ਛਿੱਲ ਹੋ ਜਾਣਾ, ਮਸਰਾਂ ਦਾਲ ਦੇਖ ਲਈ ਬਣ ਗਏ ਕਿ ਨਹੀਂ। ਤੜਕਾ ਲਾ ਲਈ, ਮਿਰਚ ਚਰਕ ਸੋਹਣੀ ਪਾ ਲਈ ਤੇਜ਼ ਜਿਹੀ, ਮੂੰਹ ਨੂੰ ਸਵਾਦ ਜਿਹਾ ਆ ਜਾਊਗਾ। ਦੋਈ ਫੋਕਲੀਆਂ ਜਿਹੀਆਂ ਸਬਜ਼ੀਆਂ ਖਾ ਖਾ ਮੈਂ ਨੱਕਿਆ ਪਿਆ ਮੇਰਾ ਤਾਂ। ਮੰਮੀ ਜੀ ਤੁਸੀਂ ਮਿਰਚ ਬਹੁਤ ਖਾਂਦੇ ਹੋ, ਹੋਰ ਤੁਹਾਡੇ ਨਾਲ ਨਾਲ ਸਾਰੇ ਜੀਆਂ ਨੂੰ ਖਾਣੀ ਪੈਂਦੀ ਉਵੇਂ ਸਬਜ਼ੀ। ਨਹੀਂ ਮੈਂ ਤਾਂ ਘੱਟ ਪਾ ਲੈਂਦੀ ਹਾਂ ਨਿੰਮੋ, ਮੈਂ ਤਾਂ ਇੱਕ ਰੋਟੀ ਨਾਲ ਚਾਰ ਚਾਰ ਮਿਰਚਾਂ ਖਾਂਦੀ ਹਾਂ, ਜੇ ਸਬਜ਼ੀ 'ਚ ਦਾਲ ਸਬਜ਼ੀ 'ਚ ਆਹ ਮਿਰਚ ਮੁਰਚ ਘੱਟ ਹੋਵੇ। ਕੀ ਕਰਾਂ, ਪਹਿਲਾਂ ਤੋਂ ਆਦਤ ਬਣੀ ਹੋਈ ਆ ਮੇਰੀ ਤੇਜ਼ ਮਿਰਚ ਖਾਣ ਦੀ। ਫੋਕਲੀ ਜੇ ਸਬਜ਼ੀ ਮੈਨੂੰ ਸੋਹਣੀ ਨਹੀਂ ਲੱਗਦੀ, ਨਾ ਸਵਾਦ ਮੂੰਹ ਨੂੰ ਆਉਂਦਾ ਨਾ ਵਾਸਤਾ। ਤੁਹਾਡੀ ਗੱਲ ਜਮਾ ਸਹੀ ਸੀ, ਦਾਸ਼ੋ ਭੈਣ ਆਏ ਪਈ ਆ ਜਿਵੇਂ ਸੁਰਤੀ ਨਹੀਂ ਹੁੰਦੀ। ਮੈਂ ਵੀ ਕਿੰਨੀਆਂ ਆਵਾਜ਼ਾਂ ਮਾਰਦੀ ਆ, ਜਮਾ ਨਹੀਂ ਉੱਠੀ, ਹੁਣ ਤੋਂ ਹਾਂ ਵੀ ਨਹੀਂ ਕਹੀ। ਨਹੀਂ ਉਹਦੀ ਸਿਹਤ ਨਹੀਂ ਠੀਕ, ਉੱਠ ਤਾਂ ਊਂ ਖੜਦੀ ਆ, ਸੁਰਤੀ ਤਾਂ ਕਾਇਮ, ਰਾਤ ਨੂੰ ਮਾੜਾ ਮੋਟਾ ਮੈਂ ਖੰਘਾ ਉਸੇ ਵੇਲੇ ਉੱਠ ਖੜਦੀ ਆ। ਮੰਮੀ ਦੂਜੇ ਕਮਰੇ 'ਚ ਪਈ ਹੁੰਦੀ ਆ, ਮੰਮੀ ਜੀ ਕੁਛ ਚਾਹੀਦਾ? ਨਹੀਂ ਮੈਂ ਕਿਹਾ ਬਹਿ ਜਾ ਚੁਰਾਮ ਨਾਲ ਚੁੱਪ ਕਰਕੇ, ਮੈਨੂੰ ਨਹੀਂ ਕੁਛ ਵੀ ਚਾਹੀਦਾ। ਹੋਰ ਊਂ ਤਾਂ ਸੁਰਤੀ ਕਾਇਮ ਆ, ਅੱਜ ਉਹਦੀ ਸਿਹਤ ਨਹੀਂ ਠੀਕ। ਮੰਮੀ ਤੁਸੀਂ ਜੀਭ ਘੱਟ ਤੇ ਹੱਥ ਜ਼ਿਆਦਾ ਚਲਾਓ, ਜਲਦੀ ਦਿਓ ਮੈਨੂੰ ਲਸਣ। ਬਹੁਤੀ ਕਰੜੀ ਜਿਹੀ ਨਾ ਕਰੀ, ਪਤਲੀ ਜਿਹੀ ਬਣਾਈ, ਰੋਟੀ ਚੂਰ ਕੇ ਖਾ ਹੋ ਜਾਂਦੀ ਆ। ਜਾਂ ਮੈਂ ਛਿੱਲ ਦਿੰਦੀ, ਦੇਖ ਲਾ ਦਾਲ ਤੂੰ। ਆ ਛਿੱਲੋ ਫਿਰ ਫਟਾਫਟ, ਛਿੱਲਦੀ ਆ। ਮੈਂ ਤਾਂ ਆਟਾ ਉੱਟਾ ਵੀ ਹੁਣੇ ਗੁੰਨ ਦਿੰਦੀ ਆ। ਗੁੰਨ ਲੈ, ਗੁੰਨ ਲੈ, ਦੇਖ ਲੈ। ਇਹਨੂੰ ਵੀ ਮਜ਼ਾਕ ਸੱਜਦੇ ਆ, ਕਹਿੰਦੀ ਮੰਮੀ ਜੀਭ ਘੱਟ ਚਲਾਓ ਹੱਥ ਜ਼ਿਆਦਾ ਚਲਾਓ। ਮੇਰੀਆਂ ਗੱਲਾਂ ਤੋਂ ਅੱਕ ਗਈ ਹੈ ਵੀ ਸੱਸ ਤਾਂ ਸਾਡੀ ਬੋਲਣੋਂ ਹਟਦੀ ਨਹੀਂ। ਚੱਲ ਭਾਈ ਕੋਈ ਨਹੀਂ, ਘੱਟ ਬੋਲਿਆ ਕਰਾਂਗੇ, ਜਿੱਦਾਂ ਨੂੰਹਾਂ ਚਾਹੁੰਦੀਆਂ ਉੱਦਾਂ ਰਾਜ਼ੀ ਹੋ ਜਾਵਾਂਗੇ। ਹੋਰ ਤਾਂ ਚੱਲ ਕੋਈ ਨਹੀਂ, ਪਰ ਇੰਨਾ ਆ ਕੰਮ ਕਰ ਦੋਹਾਂ ਨੇ ਸਾਂਭ ਲਿਆ ਰਸੋਈ ਦਾ। ਆ ਤਾਂ ਆਪਣੀ ਖੁਸ਼ੀ ਲਈ ਮਾੜਾ ਮੋਟਾ ਕਰਦੀ ਰਹਿੰਦੀ ਹਾਂ। ਲੈ ਤਾਂ ਨਿੰਮੋ ਖਵਾਤੀ ਸਾਰਿਆਂ ਨੂੰ ਰੋਟੀ? ਹਾਂਜੀ ਮੰਮੀ, ਖਾਣੀ ਸਾਰਿਆਂ ਨੂੰ, ਬਸ ਮੈਂ ਰਹਿ ਗਈ ਸੀ, ਮੇਰਾ ਮਨ ਹੀ ਨਹੀਂ ਕਰਦਾ, ਮੈਂ ਤਾਂ ਖਾਣੀ ਨਹੀਂ। ਕੀ ਖਾ ਲਿਆ ਸ਼ਹਿਰ ਜਿਹੜਾ ਤੇਰਾ ਮਨ ਨਹੀਂ ਕਰਦਾ? ਖਾਣਾ ਤਾਂ ਕੀ ਸੀ ਮੰਮੀ, ਖਾਧੇ ਤਾਂ ਗੋਲ ਗੱਪੇ ਸੀ ਬਸ। ਮੈਂ ਤਾਂ ਇਹਨਾਂ ਨੂੰ ਕਿਹਾ ਸੀ ਵੀ ਦੋ ਤਿੰਨ ਖਾ ਲਏ ਬਸ ਬਹੁਤ ਆ, ਇਹਨਾਂ ਧੱਕੇ ਨਾਲ ਮੈਨੂੰ 6-7 ਗੋਲ ਗੱਪੇ ਖਵਾਤੇ। 6-7 ਗੋਲ ਗੱਪਿਆਂ ਨਾਲ ਕੀ ਬਣਦਾ, ਮੈਂ ਤਾਂ 20 ਖਾ ਲਵਾਂ ਤਾਂ ਨਹੀਂ ਢਿੱਡ ਭਰਦਾ। ਫਿਰ ਤੁਹਾਡੀ ਤੇ ਮੇਰੀ ਸਿਹਤ 'ਚ ਫਰਕ ਵੀ ਬਹੁਤ ਆ ਨਾ। ਇਹ ਤਾਂ ਹੈ, ਚੱਲ ਕੋਈ ਨਹੀਂ, ਖਾ ਲੈ ਫੜ। ਦੁੱਧ ਗਰਮ ਕੀਤਾ ਪਿਆ, ਬਾਕੀ ਨਿਕ ਸੁੱਕ ਮੈਂ ਕਰ ਲੈਂਦੀ ਹਾਂ, ਪਾ ਕੇ ਗਲਾਸਾਂ 'ਚ ਦੁੱਧ, ਤੁਸੀਂ ਕਰੋ ਆਰਾਮ। ਬਾਕੀ ਤੱਕ ਮੈਂ ਕਰ ਲੈਂਦੀ ਹਾਂ। ਤੀਲੀ ਰਹਿਣ ਦੇ, ਤੂੰ ਉਹਨੂੰ ਮੈਂ ਆਪੇ ਪਾ ਧੋ ਲੈਣੀ ਆ। ਲੈ ਤੁਸੀਂ ਤਾਂ ਵਾਸੀਆਂ ਲਈ ਜਾਂਦੇ ਹੋ, ਆ ਲਓ ਦੁੱਧ ਪੀ ਲਓ। ਨਾਲੇ ਨਿੰਮੋ ਮੇਰੀ ਗੱਲ ਸੁਣੋ, ਤੁਸੀਂ ਰੋਟੀ ਖਾ ਲਈ? ਨਾ, ਤੁਹਾਡੇ ਗੋਲ ਗੱਪਿਆਂ ਨੇ ਮੈਨੂੰ ਇੰਨਾ ਰਜਾ ਤਾ, ਰੋਟੀ ਵੱਲ ਦੇਖਣ ਨੂੰ ਮੇਰਾ ਜੀ ਵੀ ਨਹੀਂ ਕੀਤਾ, ਭੁੱਖ ਹੀ ਨਹੀਂ ਲੱਗੀ ਮੈਨੂੰ। ਖਰ ਭੁੱਖ ਤਾਂ ਮੈਨੂੰ ਵੀ ਨਹੀਂ। ਨਾਲੇ ਮੇਰੀ ਗੱਲ ਇੱਕ ਹੋਰ ਸੁਣੋ, ਜਿਹੜੇ ਆਪਾਂ ਸੂਟ ਕਹਿੰਦੇ ਨੇ ਉਹ ਪਸੰਦ ਤਾਂ ਹੈਗੇ ਨੇ? ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ, ਜੇ ਮੈਨੂੰ ਪਸੰਦ ਸੀ ਦੁਕਾਨ 'ਚ ਮੈਂ ਤਾਂ ਹੀ ਚੱਕੇ ਸੀ, ਨਹੀਂ ਮੇਰਾ ਦਿਮਾਗ ਤਾਂ ਹਿੱਲਿਆ ਨਹੀਂ ਵੀ ਮੈਂ ਤੁਹਾਡੇ ਵੀ ਬਿਨ ਫਾਲਤੂ ਪੈਸੇ ਲਵਾਉਂਗੀ। ਪਹਿਲਾਂ ਪਤਾ ਮੈਨੂੰ ਕੀ ਲੱਗਦਾ ਹੁੰਦਾ ਸੀ ਵੀ ਸ਼ਾਇਦ ਤੁਸੀਂ ਨਾ ਉੱਪਰੋਂ ਉੱਪਰੋਂ ਡਰਾਮੇ ਕਰਦੇ ਹੋ, ਪਰ ਹੁਣ ਮੈਨੂੰ ਸੱਚੀ ਯਕੀਨ ਹੋ ਗਿਆ
ਕਿ ਵਾਕਈ ਤੁਸੀਂ ਬਦਲ ਗਏ। ਸ਼ੁਕਰ ਹੈ ਰੱਬ ਦਾ, ਪਹਿਲਾਂ ਤਾਂ ਮੈਨੂੰ ਰੱਬ ਨਾਲ ਵੀ ਸ਼ਿਕਵਾ ਰਹਿੰਦਾ ਸੀ ਵੀ ਉਹਨੇ ਮੇਰੇ ਕਰਮਾਂ 'ਚ ਨਾ ਸਿਰਫ ਦੁੱਖ ਹੀ ਦੁੱਖ ਲਿਖੇ ਆ, ਸੁੱਖ ਤਾਂ ਮੈਨੂੰ ਲੱਗਦਾ ਮੈਨੂੰ ਕਿਤੇ ਮਿਲਣਾ ਹੀ ਨਹੀਂ, ਨਾ ਪੇਕਿਆਂ ਘਰੇ ਮਿਲਿਆ ਅਤੇ ਨਾ ਗਾਂ ਕੇ ਸਹੁਰਿਆਂ ਘਰੇ ਮਿਲਿਆ। ਪਰ ਕਹਿੰਦੇ ਹੁੰਦੇ ਆ ਸਮੇਂ ਦੇ ਨਾਲ ਨਾਲ ਸਾਰਾ ਕੁਛ ਬਦਲ ਜਾਂਦਾ ਹੁੰਦਾ, ਦੁੱਖ ਸੁੱਖ ਤਾਂ ਟਾਈਮ ਦੀ ਖੇਡ ਆ, ਜੇ ਅੱਜ ਦੁੱਖ ਹੈ ਤਾਂ ਕੱਲ੍ਹ ਨੂੰ ਸੁੱਖ ਵੀ ਆਊਗਾ। ਤੁਹਾਡੇ ਕਰਮਾਂ ਨਾਲ ਮੈਨੂੰ ਸਾਰੇ ਸੁੱਖ ਮਿਲ ਗਏ, ਹੁਣ ਬਹੁਤ ਖੁਸ਼ ਹਾਂ ਮੈਂ ਆਪਦੀ ਜ਼ਿੰਦਗੀ 'ਚ। ਨਿੰਮੋ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਤੂੰ ਖੁਸ਼ ਹੈ। ਬਾਕੀ ਮੈਂ ਤੇਰੇ ਨਾਲ ਵਾਅਦਾ ਕਰਦਾ ਕਿ ਤੂੰ ਪਹਿਲਾਂ ਜ਼ਿੰਦਗੀ 'ਚ ਬੜੇ ਦੁੱਖ ਦੇਖ ਲਏ, ਪਰ ਅੱਜ ਤੋਂ ਬਾਅਦ ਤੇਰੀ ਜ਼ਿੰਦਗੀ 'ਚ ਕਦੇ ਦੁੱਖ ਨਹੀਂ ਆਊਗਾ, ਬਸ ਖੁਸ਼ੀ ਖੁਸ਼ ਹੋਏਗੀ। ਹਾਂਜੀ ਇਹ ਤਾਂ ਹੈ, ਖੁਸ਼ੀ ਤਾਂ ਚਲੋ ਆਪੋ ਆਪਣੇ ਕਰਮਾਂ ਦੀ ਆ, ਪਰ ਮੈਂ ਤਾਂ ਦੂਜੀ ਗੱਲ ਤੋਂ ਇਹ ਬਹੁਤ ਖੁਸ਼ ਹਾਂ, ਸਾਰਾ ਟੱਬਰ ਨਾ ਆਪਣਾ ਖੇਰੂ ਖੇਰੂ ਹੋਇਆ ਫਿਰਦਾ ਸੀ, ਮੰਮੀ ਜੀ ਦਾ ਸੁਭਾਅ ਬਦਲ ਗਿਆ, ਤੁਸੀਂ ਬਦਲ ਗਏ, ਸਾਰੇ ਇਕਜੁੱਟ ਹੋ ਗਏ, ਹੁਣ ਸਾਰੇ ਜੀ ਕਿੰਨੇ ਵਧੀਆ ਰਹਿੰਦੇ ਨੇ, ਬਸ ਇੰਨਾ ਹੀ ਬਹੁਤ ਆ। ਇਹ ਤਾਂ ਪਰਮਾਤਮਾ ਦਾ ਸ਼ੁਕਰ ਹੈ ਨਿੰਮੋ ਕਿ ਆਪਣਾ ਸਾਰਾ ਟੱਬਰ ਇੱਕ ਹੋ ਗਿਆ। ਨਜ਼ਰ ਪੈ ਗਈ ਹੁਣ ਵਾਹਿਗੁਰੂ ਜੀ ਦੀ ਆਪਣੇ ਤੇ। ਚਲ ਤੁਸੀਂ ਕਰੋ ਆਰਾਮ, ਮੈਂ ਤਾਂ ਬਹੁਤ ਥੱਕੀ ਪਈ ਆ। ਚਲੋ ਨਿੰਮੋ ਤੁਸੀਂ ਵੀ ਸੋ ਜਾਓ, ਕੰਬਲ ਲੈ ਆਵਾਂ ਮੈਂ। ਨਿੰਮੋ ਕੀ ਹੋ ਗਿਆ, ਠੀਕ ਤੋਂ ਤੁਸੀਂ? ਠੀਕ ਹੀ ਤਾਂ ਹੈ ਨੀ, ਮੈਂ ਸਵੇਰ ਦੀ ਪਤਾ ਨੀ ਕੀ ਹੋਈ ਜਾਂਦਾ, ਮੇਰਾ ਤਾਂ ਨਾ ਮਾਈਂਡ ਜਿਹਾ ਅਪਸੈਟ ਜਿਹਾ ਹੋਇਆ ਪਿਆ ਤੇ ਹੋਰ ਹੀ ਘਬਰਾਹਟ ਜੀ ਹੋਈ ਜਾਂਦੀ ਆ, ਜੀ ਜਿਹਾ ਕੱਚਾ ਕੱਚਾ ਹੋਈ ਜਾਂਦਾ। ਨਹੀਂ ਫਿਰ ਆਪਾਂ ਡਾਕਟਰ ਨੂੰ ਬੁਲਾ ਲੈਂਦੇ ਹਾਂ। ਡਾਕਟਰ ਨੂੰ ਕਾਹਨੂੰ ਬੁਲਾਉਣਾ, ਕੋਈ ਗੱਲ ਨਹੀਂ ਨਿੰਮੋ, ਜੇ ਨਹੀਂ ਠੀਕ ਆਪਾਂ ਡਾਕਟਰ ਨੂੰ ਬੁਲਾ ਲੈਂਦੇ ਹਾਂ ਤੇ ਆਪਾਂ ਦਿਖਾ ਲੈਂਦੇ ਕੋਈ ਦਵਾਈ ਬੂਟੀ ਲੈ ਲੈਂਦੇ ਹਾਂ, ਜੇ ਨਹੀਂ ਠੀਕ ਫਿਰ ਰਾਤ ਨੂੰ ਹੋਰ ਪਰੇਸ਼ਾਨ ਹੋਊਂਗੇ। ਡਾਕਟਰ ਨੂੰ ਬੁਲਾਉਣਾ ਹੁੰਦਾ ਤਾਂ ਸਵੇਰ ਦੀ ਮੈਂ ਦਵਾਈ ਹੁਣ ਨੂੰ ਲੈ ਕੇ ਨਾ ਬੈਠ ਜਾਂਦੀ, ਨਾਲੇ ਮੈਂ ਸੋਚਿਆ ਕਾਂ ਨੇ ਖੇਚਲ ਕਰਾਉਣੀ ਹੈ, ਮੰਮੀ ਨੂੰ ਦੱਸਦੀ, ਮੰਮੀ ਨੇ ਭੱਜ ਜਾਣਾ ਸੀ ਡਾਕਟਰ ਵੱਲ ਨੂੰ। ਉਹ ਲੈ ਦੱਸ ਨਿੰਮੋ ਦਵਾਈ ਤੇਰੇ ਤੋਂ ਵੱਧ ਕੇ, ਨਾਲੇ ਸੱਚ ਮੰਮੀ ਹੋਰੀ ਅਜੇ ਤੱਕ ਆਏ ਨਹੀਂ ਹੈਗੇ, ਉਹ ਵੀ ਨਹੀਂ ਜਿਹਨੇ ਘਰ ਲੈ ਦੱਸ ਕਮਲੀ, ਇੱਕ ਤੂੰ ਬਿਮਾਰ ਹੈ ਘਰੇ ਮੰਮੀ ਵੀ ਨਹੀਂ ਹੈਗੀ ਤੇਰੀ ਦੇਖਭਾਲ ਨੂੰ। ਤੁਹਾਡਾ ਮੂੰਹ ਦੇਖੋ ਕਿਵੇਂ ਰੰਗ ਹੀ ਉੱਡ ਗਏ ਸਾਰੇ ਮੂੰਹ ਦੇ, ਪਹਿਲੀ ਗੱਲ ਤਾਂ ਮੰਮੀ ਹੁਣਾਂ ਦੀ ਸੁਣ ਲਓ, ਮੰਮੀ ਹੁਣੀ ਗੁਰੂ ਘਰ ਗਏ ਨੇ, ਤੇ ਦੂਜੀ ਗੱਲ ਖੀਰ ਫੜ ਕੇ ਖਾਣ ਲੱਗ ਗਏ, ਇਹ ਨਹੀਂ ਪੁੱਛਿਆ ਵੀ ਖੀਰ ਬਣਾਈ ਕਿਹੜੀ ਖੁਸ਼ੀ 'ਚ। ਓਏ ਖੀਰ ਵਰਗੀ ਖੀਰ ਆ ਖੁਸ਼ੀ ਨੂੰ ਇਹਦੇ ਵਿੱਚ ਦੱਸ ਗਈ ਹੈ ਨਾ, ਫਿਰ ਅੱਗੇ ਨਹੀਂ ਬਣਾ ਲਈ ਆਪਾਂ ਕਦੇ, ਦੱਸਿਓ ਮਾੜਾ ਜਿਹਾ ਮੈਨੂੰ। ਨਹੀਂ ਕਿਹੜੀ ਖੁਸ਼ੀ 'ਚ ਬਣਾ ਲਈ ਮੈਨੂੰ ਤਾਂ ਹੀ ਨਹੀਂ ਪਤਾ। ਲੈ ਖੁਸ਼ਖਬਰੀ ਇਹ ਹੈ ਜੀ, ਦਵਾਈ ਲੈਣ ਮੈਂ ਤਾਂ ਨਹੀਂ ਗਈ, ਦਵਾਈ ਦੀ ਲੋੜ ਮੈਨੂੰ ਤਾਂ ਨਹੀਂ ਸੀ ਕਿਉਂਕਿ ਆਈ ਐਮ ਪ੍ਰੈਗਨੈਂਟ। ਉਹ ਸੱਚੀ? ਉਹ ਇਹ ਤਾਂ ਨਿੰਮੋ ਬਹੁਤ ਖੁਸ਼ੀ ਵਾਲੀ ਗੱਲ ਹੈ। ਮੰਮੀ ਵੀ ਤਾਂ ਹੀ ਗੁਰੂ ਘਰ ਗਏ ਹੋਏ ਨੇ। ਓਏ ਅੱਛਾ, ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਤੂੰ ਇਸ ਗੱਲੋਂ। ਮੈਂ ਤਾਂ ਤੁਹਾਨੂੰ ਜਾਣ ਕੇ ਪੱਲੋ ਕਰੀ ਰੱਖਿਆ, ਮੈਂ ਕਿਹਾ ਵੇਖਦੀ ਹਾਂ ਵੀ ਇਹ ਕੋਈ ਗੱਲ ਬੁੱਝ ਸਕਦੇ ਆ ਕਿ ਨਹੀਂ, ਪਰ ਨਹੀਂ, ਤੁਹਾਡਾ ਦਿਮਾਗ ਕਿੱਥੇ ਇੰਨਾ ਕੰਮ ਕਰਦਾ ਹੈ। ਓ ਨਿੰਮੋ ਮੇਰਾ ਕਿੱਥੇ ਧਿਆਨ ਜਾਂਦਾ, ਇਹ ਗੱਲ ਕਹਿ ਕੇ ਨਾ ਤਾਂ ਤੂੰ ਸੱਚੀ ਮੇਰੇ ਸੀਨਾ ਠਾਰਤਾ। ਹੁਣ ਤਾਂ ਆਪਾਂ ਕੱਲੀ ਗੁਰੂ ਘਰ ਜਾ ਕੇ ਆਵਾਂਗੇ ਆਪਾਂ ਵੀ। ਹਾਂ ਆਪਾਂ ਵੀ ਜਾ ਕੇ ਆਵਾਂਗੇ, ਹੁਣ ਆ ਖਾ ਲਓ ਜੀ ਜਿਹੜੀ ਛੱਡਤੀ। ਓਏ ਤਾਂ ਮੈਂ ਖਾ ਲੂ ਨਿੰਮੋ, ਨਾਲੇ ਮੇਰੀ ਗੱਲ ਸੁਣ, ਅੱਜ ਤੋਂ ਬਾਅਦ ਤਾਂ ਕੋਈ ਕੰਮ ਨਹੀਂ ਕਰਨਾ ਘਰ ਦਾ, ਸਾਰੇ ਕੰਮ ਕਰ ਮੈਂ ਆਪੇ ਕਰ ਲੂ। ਹਾਏ ਮੇਰੇ ਰੱਬਾ, ਜੂੜ ਪਾ ਦਿਓ ਮੇਰੀਆਂ ਲੱਤਾਂ ਨੂੰ, ਹਜੇ ਹੁਣੇ ਕੀ ਹੋਇਆ ਮੰਜੇ ਤੇ ਬੈਠਣ ਨੂੰ। ਓ ਨਹੀਂ ਨਹੀਂ ਨਿੰਮੋ, ਮਸਾ ਤਾਂ ਪਰਮਾਤਮਾ ਨੇ ਖੁਸ਼ੀਆਂ ਦਿੱਤੀਆਂ ਨੇ, ਦੱਸ ਹੁਣ ਤੇਰੀ ਕੋਈ ਕੰਮ ਕਰਨ ਵਾਲੀ ਸਿਹਤ ਹੈ? ਦੱਸ ਪਰਮਾਤਮਾ ਖੁਸ਼ੀਆਂ ਦੇ ਕੇ ਖੋਣ ਨਹੀਂ ਲੱਗਾ, ਕੁਛ ਨਹੀਂ ਹੁੰਦਾ, ਜੇ ਕੰਮ ਕਾਰ ਕਰੂੰਗੀ ਨਾ ਤਾਂ ਹੀ ਵਧੀਆ ਤੰਦਰੁਸਤ ਹੋਊਗੀ। ਕੋਈ ਨਹੀਂ ਨਿੰਮੋ, ਤੂੰ ਇਹ ਗੱਲਾਂ ਦੀ ਟੈਨਸ਼ਨ ਨਾ ਲੈ, ਮੈਂ ਆਪੀ ਸਾਰੇ ਘਰ ਦੇ ਕੰਮ ਕਾਰ ਕਰ ਲੂੰਗਾ। ਅੱਛਾ ਝਾੜ ਪੋਚਾ ਤੁਸੀਂ ਲਾਇਆ ਕਰੋਗੇ? ਉਹ ਮੈਂ ਕਰ ਲੂੰਗਾ, ਬਸ ਤੂੰ ਹੁਣ ਸਿਰਫ ਆਰਾਮ ਕਰਨਾ, ਆਰਾਮ। ਪਾਣੀ ਦਾ ਗਲਾਸ
ਕਦੇ ਚੱਕ ਕੇ ਨਹੀਂ ਪੀਤਾ, ਹੁਣ ਆ ਕੇ ਮੈਂ ਝਾੜੂ ਪੋਚੇ ਵੀ ਲਾ ਲਿਆ ਕਰੂੰ। ਉਹ ਨਿੰਮੂ, ਆਹ ਖੁਸ਼ਖਬਰੀ ਸੁਣ ਕੇ ਤਾਂ ਮੇਰੇ ਪੈਰ ਨਹੀਂ ਭੁੰਜੇ ਲੱਗਦੇ, ਤੂੰ ਇੱਕ ਕੰਮ ਛੱਡ, ਮੈਂ ਤਾਂ ਘਰ ਦੇ ਸਾਰੇ ਕੰਮ ਕਰ ਦੂੰਗਾ। ਗੱਲਾਂ ਤਾਂ ਤੁਹਾਡੇ ਤੋਂ ਜਿੰਨੀਆਂ ਮਰਜ਼ੀ ਕਰਵਾ ਲਓ, ਹੁਣ ਇਹ ਛੱਡੋ, ਮੇਰੇ ਤਾਂ ਭਾਂਡੇ ਧੋਣ ਵਾਲੇ ਪਏ ਨੇ, ਮੈਂ ਤਾਂ ਭਾਂਡੇ ਧੋ। ਨਹੀਂ ਨਹੀਂ ਨਿੰਮੋ, ਤੂੰ ਬੈਠ ਜਾ ਕੇ, ਹੁਣ ਭਾਂਡੇ ਤਾਂ ਮੈਂ ਧੋ, ਤੂੰ ਸਿਰਫ ਹੁਣ ਆਰਾਮ ਕਰੇ, ਠੀਕ ਹੈ? ਓਏ ਬਸ ਰਹਿਣ ਦਿਓ ਤੁਸੀਂ। ਹਾਏ ਓਏ ਮੇਰੇ ਰੱਬਾ, ਬੇਇੱਜ਼ਤੀ ਕਿਉਂ ਕਰਵਾਓਗੇ ਤੁਸੀਂ ਆਂਢ ਗੁਆਂਢ 'ਚ, ਵੀ ਇਹਨਾਂ ਨੇ ਤਾਂ ਆਪਦੇ ਬੰਦੇ ਵੀ ਭਾਂਡੇ ਧੋਣ ਲਾ ਤੇ, ਲੋਕੀ ਇਹ ਕਹਿਣਗੇ। ਸ਼ੁਕਰ ਆ ਵਾਹਿਗੁਰੂ, ਤੂੰ ਸਾਡੇ ਘਰ 'ਚ ਮੁੜ ਤੋਂ ਫਿਰ ਖੁਸ਼ੀਆਂ ਦੇ ਮੂੰਹ ਦਿਖਾ ਦੇ, ਨਹੀਂ ਤਾਂ ਸਾਰੇ ਆਸ ਹੀ ਛੱਡੀ ਬੈਠੇ ਸੀ ਵੀ ਸਾਡੇ ਘਰ 'ਚ ਵੀ ਕਦੇ ਖੁਸ਼ੀਆਂ ਆਉਣਗੀਆਂ। ਮੈਂ ਤੈਨੂੰ ਕਿਵੇਂ ਅੱਜ ਸਾਡਾ ਘਰ ਦੀ ਗਿਆ, ਇੰਨਾ ਚਿਰ ਹੋ ਗਿਆ ਤਾਂ ਤਾਂ ਮੁੜ ਕੇ ਗੇੜਾ ਹੀ ਨਹੀਂ ਮਾਰਿਆ। ਨਹੀਂ ਕੀ ਕਰਾਂ ਭੈਣੇ ਰਾਣੀ, ਘਰਾਂ 'ਚੋਂ ਨਿਕਲ ਹੀ ਨਹੀਂ ਜਾਂਦਾ, ਕੰਮ ਧੰਦੇ ਤੈਨੂੰ ਪਤਾ ਹੀ ਆ ਬਸ, ਹੈ ਨਾ? ਹੋਰ ਗੱਲ ਤਾਂ ਸੱਚੀ ਹੈ। ਹੋਰ ਰਾਣੀ, ਤਾਂ ਕੋਈ ਗੱਲ ਸੁਣੀ ਹੈ ਕੋਈ ਉੱਧਰ ਸੁਰਜੀਤ ਕੌਰ ਕੋਲ? ਨਾ ਮੈਂ ਤਾਂ ਨਹੀਂ ਸੁਣੀ, ਮੈਥੋਂ ਤਾਂ ਵੀਰਪਾਲ ਜਾਇਆ ਹੀ ਨਹੀਂ ਜਾਂਦਾ, ਤੈਨੂੰ ਪਤਾ ਹੀ ਆ ਘਰ ਦਾ ਧੰਦਾਲ ਬਸ ਮੁੱਕਦਾ ਹੀ ਨਹੀਂ ਹੈਗਾ। ਹੋਰ ਹੈ ਨਾ, ਇੱਕ ਬਹੂ ਜੀ ਜਿਉਂ ਗਈ ਆ ਪੇਕੀ, ਮੁੜ ਕੇ ਆਈ ਨਹੀਂ ਹੈਗੀ, ਬਸ ਇਕੱਲੀ ਸਾਰਾ ਦਿਨ ਫਿਰਦੀ ਰਹਿੰਦੇ ਪਕਾਈ ਕਰਦੀ। ਮੈਂ ਸੁਣਿਆ ਨਿੰਮੂ ਬਾਹਾਂ ਮਾਰਨ ਵਾਲੀ ਹੈ। ਅੱਛਾ, ਹੋਰ ਉਲਟੀਆਂ ਜਿਹੀਆਂ ਕਰੀ ਜਾਂਦੀ ਸੀ, ਮੈਂ ਤਾਂ ਦੇਖ ਕੇ ਆਈ ਜਾਂਦੀ। ਨਹੀਂ ਚੱਲ ਵਧੀਆ ਭੈਣੇ, ਤਾਂ ਰੱਬ ਨੇ ਸੁਣ ਲਈ, ਪਰ ਮੈਂ ਤਾਂ ਗਈ ਨਹੀਂ ਕਦੇ। ਫਿਰ ਤੂੰ ਮਾੜਾ ਮੋਟਾ ਅੰਦਰੋਂ ਤਾਂ ਨਿਕਲ ਜਾ ਘਰ ਬਾਹਰ। ਨਹੀਂ ਕੀ ਕਰਾਂ, ਆ ਮੁੰਡੇ ਨੂੰ ਕੰਮ ਮਿਲ ਗਿਆ, ਉਹ ਉੱਥੇ ਰਹਿੰਦਾ, ਜੇ ਮੁੰਡਾ ਘਰੇ ਆਵੇ ਤਾਂ ਬਹੂ ਆਵੇ, ਹੁਣ ਉਹ ਕਹਿੰਦੀ ਮੈਂ ਨਹੀਂ ਉਹ ਤੋਂ ਬਿਨਾਂ ਆਉਂਦੀ ਹੈਗੀ। ਹਾਂ ਰਾਣੀ, ਤੇਰੀ ਨੂੰਹ ਰਾਣੀ ਕਿਵੇਂ, ਹੁਣ ਤਾਂ ਬਹੁਤ ਟਾਈਮ ਹੋ ਗਿਆ, ਵਿਆਹ ਨੂੰ ਖੁਸ਼ਖਬਰੀ ਕੋਈ ਕਿਵੇਂ ਸੁਣਾਉ ਕਿ ਨਾ ਹਜੇ? ਕਾਹਦੀ ਖੁਸ਼ਖਬਰੀ ਵੀਰਪਾਲ, ਮੈਨੂੰ ਤਾਂ ਲੱਗਦਾ ਮੇਰੇ ਤਾਂ ਕਰਮਾਂ 'ਚ ਇਹ ਸੁੱਖ ਹੈ ਹੀ ਨਹੀਂ। ਉਹ ਵੱਡੀ ਦੇਖ ਲੈ ਕਿ ਉਹੀ ਗੱਲ ਜਵਾਕ ਹੋਇਆ ਜਿਹੋ ਜਿਹਾ, ਨਾ ਆਪ ਹੀ ਨਾਲ ਤੁਰ ਗਈ ਹੈ। ਆ ਹੁਣ ਇਹ ਹੈ, ਇਹਦੇ ਵੱਲੋਂ ਨਹੀਂ ਕੁਛ ਐਂ ਲੱਗਦਾ ਮੈਨੂੰ। ਦੇਖੋ ਭਾਈ, ਮੈਨੂੰ ਤਾਂ ਲੱਗਦਾ ਨਾ ਮੇਰੀ ਤਾਂ ਸਾਰੀ ਉਮਰ ਅਸੀਂ ਦੁੱਖਾਂ 'ਚ ਹੀ ਲੰਘ ਜੂਗੀ। ਚੱਲ ਆਹ ਸੁਰਜੀਤ ਕੌਰ ਦੀ ਨੂੰਹ ਦਾ ਤਾਂ ਵਧੀਆ ਹੋਇਆ, ਜਿਹੜੀ ਰੱਬ ਨੇ ਸੁਣ ਲਈ। ਕਿਸੇ ਦੇ ਘਰੇ ਤਾਂ ਖੁਸ਼ੀ ਆਵੇ ਕਿ ਜੇ ਵਿਹੜੇ ਸੁੱਖ ਹੈ ਤਾਂ ਖੇੜੇ ਸੁੱਖ ਹੈ, ਹੈ ਨਾ? ਚੱਲ ਭਾਈ, ਵਧੀਆ ਸੁਣ ਲਈ ਰੱਬ ਨੇ ਫਿਰ। ਕੋਈ ਨਾ ਰਾਣੀ, ਦਿਲ ਨਾ ਹੌਲਾ ਕਰ, ਹਾਂ ਮਾਲਕ ਸੁਣੂਗਾ ਆਪਣੀ ਵੀ, ਤੈਂ ਕਹਿਣਾ ਮਾਂ ਰੱਬ ਵੇਚਿਆ ਗਾ। ਆਹ ਤਾਂ ਤੇਰੀ ਗੱਲ ਸਹੀ ਹੈ ਵੀਰਪਾਲ, ਰੱਬ 'ਤੇ ਹੀ ਰੱਖੀਆਂ ਨੇ ਆਸਾਂ ਤਾਂ, ਵੀ ਚੱਲ ਕਿਤੇ ਤਾਂ ਸੁਣੂਗਾ ਹੀ। ਨਾ ਸੁਣੂਗਾ ਕੋਈ ਨਾ ਰਾਣੀ, ਜੇ ਆਪਾਂ ਦੂਜੇ ਦਾ ਭਲਾ ਕਰਦੇ ਹਾਂ ਨਾ ਤਾਂ ਆਪਣਾ ਵੀ ਭਲਾ ਹੋਊਗਾ, ਮਾਲਕ ਸੁਣੂਗਾ ਕੋਈ ਨਾ ਰਾਣੀ। ਇਹ ਤਾਂ ਹੈ, ਚਲੋ ਮੰਗਦੇ ਤਾਂ ਆਪਾਂ ਸਭ ਦਾ ਹੀ ਭਲਾ, ਵੀ ਜੇ ਕਿਸੇ ਦਾ ਹੋਰ ਦੇ ਘਰੇ ਖੁਸ਼ੀ ਹੋਊਗੀ ਤਾਂ ਆਪਦੇ ਵੀ ਆਊਗੀ, ਹੈ ਨਾ? ਹਾਂ, ਜੇ ਵਿਹੜੇ ਕਿਹੜੇ ਸੁੱਖਾ ਤਾਂ ਆਪਦੇ ਵੀ ਹੋਊਗੀ, ਕੋਈ ਨਾ ਦਿਲ ਨਾ ਹੌਲਾ ਕਰ। ਚੱਲ ਫੇਰ ਵੀ ਵੀਰਪਾਲ, ਕਿਤੇ ਨਾ ਕਿਤੇ ਤਾਂ ਦਿਲ ਡੋਲ ਹੀ ਜਾਂਦਾ। ਚੱਲ ਕੋਈ ਨਾ, ਗੇੜਾ ਮਾਰਿਆ ਕਰੂ ਨਾ ਪਰਾਂ ਮਾੜਾ ਮੋਟਾ, ਬਸ ਨਿਕਲ ਹੀ ਨਹੀਂ ਜਾਂਦਾ। ਇਹ ਜੇ ਕੰਮ ਧੰਦਾ ਕਰਕੇ ਹਟਦੀ ਆ, ਫਿਰ ਆ ਗਿੱਟੇ ਗੋਡਿਆਂ ਨੇ ਬਸ ਜਵਾਬ ਦੇ ਰੱਖਿਆ ਜਮੀ, ਫਿਰ ਐਵੇਂ ਦਾ ਬਿੰਦ ਦਾਮ ਲੈ ਲਾਂ ਪੈ ਜਾਂ, ਬਸ ਐਂ ਦਿਲ ਜਿਹਾ ਡਿੱਗਿਆ ਰਹਿੰਦਾ ਮੇਰਾ ਤਾਂ। ਇੱਕ ਉਹ ਐਂ ਜੇ ਕਰੀ ਜਾਂਦੀ ਹੈ ਵੀ ਜੇ ਉਹ ਆਊਗਾ, ਮੁੰਡਾ ਹੁਣ ਉੱਥੇ ਜਾ ਰਿਹਾ ਹੈਗਾ, ਤੈਨੂੰ ਪਤਾ ਹੀ ਆ ਕੰਮ 'ਤੇ, ਵੀ ਜੇ ਆਊਗਾ ਤਾਂ ਆਊਂਗੀ ਮੈਂ, ਨਹੀਂ ਮੈਨੂੰ ਨਾਲ ਲੈ ਜਾਓ। ਚੱਲ ਰਾਣੀ, ਜਿਵੇਂ ਕਹਿੰਦੇ ਨੇ ਉਵੇਂ ਕਰ ਲਾ, ਆਪਣੀ ਧੀ ਪੁੱਤ ਦੀ ਖੁਸ਼ੀ 'ਚ ਖੁਸ਼ੀ ਹੁੰਦੀ ਆ। ਦੇਖਦੀ ਹਾਂ ਫਿਰ ਵੀਰਪਾਲ, ਕਹਿੰਦੀ ਆ ਮੁੰਡੇ ਨੂੰ ਪਹਿਲ ਦੇਖ ਲੈ ਇੱਥੇ ਕੋਈ ਕਮਰਾ ਕੁਮਰਾ। ਚੱਲ ਕੋਈ ਨਾ, ਚੰਗਾ ਭੈਣੇ ਰਾਣੀ, ਮੈਂ ਚੱਲਦੀ ਹਾਂ। ਚੰਗਾ ਚੰਗਾ, ਆ ਤਾਂ ਵਧੀਆ ਕਰਿਆ ਜਿਹੜੀ ਉਹ ਖਬਰ ਸੁਣਾ ਕੇ ਗਏ ਨਿੰਮੋ ਵਾਲੀ। ਚੱਲ ਆ ਤਾਂ ਪਰਮਾਤਮਾ ਨੇ ਵਧੀਆ ਸੁਣ ਲਈ, ਸੱਚੇ ਪਾਤਸ਼ਾਹ ਨੇ ਉਹਦੀ ਬਹੁਤ ਦੁੱਖ ਹੰਢਾਏ ਨੇ ਵਿਚਾਰੀ ਨੇ, ਜਿੱਦੇ ਦੀ ਇਹਨਾਂ ਦੇ ਘਰੇ ਵਿਆਹ ਕੇ ਆਈ ਹੈ ਉਦੇ ਦੀ ਦੇਖ ਲਿਆ, ਉਹਦੀ ਅੱਖ 'ਚੋਂ ਇੰਝ ਨਹੀਂ ਸੁੱਕੀ ਸੀ। ਚਲੋ ਉਹੀ ਗੱਲ ਹੈ ਕਿ ਜੇ ਦਿਨ ਮਾੜੇ ਨਹੀਂ ਤਾਂ ਚੰਗੇ ਵੀ ਨਹੀਂ, ਮਾੜੇ ਦਿਨ ਲੰਘ ਗਏ ਵਿਚਾਰੀ ਦੇ,
ਹੁਣ ਚੰਗੇ ਆਏ ਨੇ, ਸੌਖੀ ਰਹੂਗੀ। ਚਲ